subscribe to our YouTube channel. Press the bell icon to get the latest updates. ਪੰਜਾਬ ਦੇ ਵਿੱਚ ਹਰ ਰੋਜ਼ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ, ਜਿੱਥੇ ਰੂਪਨਗਰ ਵਾਰਡ ਨੰਬਰ 19 ਵਿਖੇ ਬੰਦ ਪਏ ਮਕਾਨ ਨੂੰ ਅਣਪਛਾਤੇ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੀ ਨਗਦੀ, ਲੱਖਾਂ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਨੂੰ ਚੋਰੀ ਕੀਤਾ ਗਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਰੂਪਨਗਰ ਦੇ ਨਿਵਾਸੀ ਮਕਾਨ ਮਾਲਕ ਪੀਐਲ ਇਲਾਹਾਬਾਦੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ 6 ਅਗਸਤ ਨੂੰ ਘਰ ਅੰਦਰ ਸਾਰੇ ਕਮਰਿਆਂ ਅਤੇ ਅਲਮਾਰੀ, ਪੇਟੀਆਂ ਆਦਿ ਨੂੰ ਅਤੇ ਘਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਗਏ ਸਨ, ਪਰ ਉਸ ਤੋਂ ਬਾਅਦ ਅਜਿਹਾ ਕੀ ਹੁੰਦਾ ਹੈ ਕਿ ਉਹ ਹੁਣ ਲੁੱਟਿਆ ਹੋਇਆ ਮਹਿਸੂਸ ਕਰਦੇ ਪਏ ਨੇ। ਸੰਡੇ 6 ਤਰੀਕ ਨੂੰ ਅਸੀਂ 11:30 ਵਜੇ ਘਰੋਂ ਗਏ ਹਾਂ, ਸਾਰੇ ਤਾਲੇ ਖੁਦ ਚੈੱਕ ਕਰਕੇ ਗਏ ਹਾਂ। ਮੇਰੇ ਬੇਟੇ ਦਾ ਬਰਥਡੇ ਸੀ ਨੈਕਸਟ ਡੇ ਦਾ, ਅਸੀਂ ਉੱਥੇ 9:30 ਵਜੇ ਪਹੁੰਚੇ ਹਾਂ। 2:30 ਵਜੇ ਪਹੁੰਚ ਕੇ ਡਰਾਈਵਰ ਨੂੰ ਉੱਥੋਂ 3 ਵਜੇ ਚੜ੍ਹਾ ਦਿੱਤਾ, ਕਿਉਂਕਿ ਅਸੀਂ ਸਾਡਾ 2 ਦਿਨ ਰਹਿਣ ਦਾ ਪ੍ਰੋਗਰਾਮ ਸੀ। ਅਤੇ ਰਾਤੀ ਅਸੀਂ ਕੈਮਰੇ ਦੇਖਿਆ, ਕਮਰੇ ਰਾਤੀ ਕੈਮਰੇ ਸਹੀ ਸੀ, ਮੇਰੇ ਮੋਬਾਈਲ 'ਚ ਹੈਗੇ ਸੀ, 10 ਵਜੇ ਬਿਲਕੁਲ ਸਹੀ ਸੀ ਸਾਰਾ ਕੁਝ। ਲੇਕਿਨ ਜਦੋਂ ਸਵੇਰੇ ਉੱਠਿਆ ਸਾਡੇ ਕੈਮਰੇ ਨਹੀਂ ਚੱਲਦੇ ਪਏ ਸੀ, ਸਾਨੂੰ ਸ਼ੱਕ ਪੈ ਗਿਆ। ਥੋੜ੍ਹੀ ਦੇਰ ਅਸੀਂ ਜ਼ਿਆਦਾ ਸੀਰੀਅਸ ਨਹੀਂ ਲਿਆ, ਮੇਰੀ ਸ਼ਾਇਦ ਕੋਈ ਖਰਾਬੀ ਆ ਗਈ। ਲੇਕਿਨ ਦੁਪਹਿਰੇ ਸਾਨੂੰ ਜਦੋਂ ਦੁਪਹਿਰ ਤੱਕ ਕੈਮਰੇ ਨਹੀਂ ਚੱਲੇ ਤਾਂ ਸਾਨੂੰ ਥੋੜ੍ਹਾ ਜਿਹਾ ਸ਼ੱਕ ਪੈਣਾ ਸ਼ੁਰੂ ਹੋ ਗਿਆ। ਮੇਰੇ ਨਾਲੋਂ ਜ਼ਿਆਦਾ ਮੇਰੇ ਬੇਟੇ ਨੂੰ ਸ਼ੱਕ ਪੈਣਾ ਸ਼ੁਰੂ ਹੋ ਗਿਆ ਜੇ ਵੀ ਕੋਈ ਨਾ ਕੋਈ ਘਟਨਾ ਨਾ ਵਾਪਰ ਗਈ ਹੋਵੇ। ਮੈਂ ਉੱਥੋਂ ਆਪਦੇ ਮੁਲਾਜ਼ਮ ਨੂੰ ਟੈਲੀਫੋਨ ਕੀਤਾ, ਉਹ ਇੱਥੋਂ ਉੱਪਰੋਂ ਚੜ੍ਹ ਕੇ ਉਹਨੇ ਵੇਖਿਆ ਸਾਰੇ ਦਰਵਾਜ਼ੇ ਬੰਦ ਹੈ, ਬਾਹਰਲਾ ਗੇਟ ਬੰਦ ਹੈ, ਉੱਪਰ ਛੱਤ ਵੀ ਦੇਖੀ, ਉਹ ਵੀ ਸਾਰਾ ਕੁਛ ਸਹੀ ਸੀ। ਫਿਰ ਨਿੱਕਾ ਸੇਤੀਆ, ਇਹਨੂੰ ਮੈਂ ਫੋਨ ਕੀਤਾ, ਇਹਨੇ ਵੀ ਨਹੀਂ ਦੇਖਿਆ, ਉਹ ਸਾਰਾ ਕੁਛ ਸਹੀ ਲੱਗਦਾ ਸੀ। ਲੇਕਿਨ ਅੱਜ ਜਦੋਂ ਅਸੀਂ 12:30 ਵਜੇ ਵਾਪਸ ਆਏ ਹਾਂ ਤਾਂ ਆ ਕੇ ਦੇਖਿਆ ਤਾਂ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸੀ, ਤਾਲੇ ਟੁੱਟੇ ਪਏ ਸੀ, ਸਫਲ ਨਾਲ ਉਹਨੇ ਦਰਵਾਜ਼ੇ ਤੋੜੇ ਹੈ, ਸਾਰੀਆਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸੀ, ਸਾਰੇ ਲੋਕਰ ਖੁੱਲ੍ਹੇ ਪਏ ਸੀ, ਸਾਰੇ ਜੋ ਘਰ ਵਿੱਚ ਬੱਚਿਆਂ ਦੇ ਪਰਸ ਹੈਗੇ ਸੀ ਉਹ ਵੀ ਫਰੋਲੇ ਪਏ ਸੀ, ਜਿਹਦੇ ਵਿੱਚ ਘੱਟ ਤੋਂ ਘੱਟ 4-5 ਲੱਖ ਰੁਪਇਆ ਕੈਸ਼ ਸੀ ਅਤੇ 15-20 ਤੋਲੇ ਸੋਨਾ ਚਾਂਦੀ ਔਰ ਜਿਹੜਾ ਕੀਮਤੀ ਸਮਾਨ ਸੀ। ਸੋਨਾ 15-20 ਤੋਲੇ 4-5 ਲੱਖ ਕੈਸ਼ ਹੈ। ਈਵਨ ਅਸੀਂ ਅਜੇ ਸਮਾਨ ਫਰੋਲ ਲਿਆ ਨਹੀਂ, ਸਾਡੇ ਪਾਸਪੋਰਟ ਪਏ ਸੀ, ਸ਼ਾਇਦ ਉਹ ਵੀ ਹੋ ਗਿਆ। ਸਰ ਕੋਈ ਥਾਣੇ ਇਹ ਕੰਪਲੇਂਟ ਦਿੱਤੀ ਹੈ ਕਿ ਇਸ ਪੁਲਿਸ ਨੂੰ ਕੰਪਲੇਂਟ ਦਿੱਤੀ ਹੋਈ ਹੈ? ਪੁਲਿਸ ਨੂੰ ਕੰਪਲੇਂਟ ਦੇ ਕੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ।